ਦੇ ਬੱਚੇ ਕਿਨੇ ਨੇ ਬੱਚੇ ਮੇਰੇ 3 ਆਪਣੇ ਹੀ ਨੇ ਨਾ ਆਪਣੇ ਔਰ ਮੈਂ ਰਹਿਮ ਸਟੋਰ ਤੋਂ ਲੈ ਨਹੀਂ ਮੈਂ ਕਿਹਾ ਭਾਬੀ ਦੇ ਵੀ ਹੋ ਸਕਦੇ ਨੇ ਨਹੀਂ ਉਹਦੇ ਚ ਇਹਨੇ ਔਰ ਮੈਂ ਅੰਡੇਆਂ ਜੋ ਘੜਾਇਆ ਸ਼ਾਦੀशुदा ਹੋਇਆ ਕਈ ਵਾਰੀ ਸ਼ਾਦੀशुदा ਇੱਕ ਵਾਰੀ ਕਾਗਜ਼ੀ ਇੱਕ ਵਾਰੀ ਇੱਕ ਵਾਰੀ ਤਾਂ ਸ਼ਾਦੀशुदा ਕਈ ਵਾਰੀ ਤੁਸੀਂ ਮੇਰੇ ਘਰ ਲੜਾਈ ਵੋਹਗੇ ਤੇਰੀ ਫਰੀ ਜ਼ਿੰਦਗੀ ਨਹੀਂ ਨਹੀਂ ਅਸਲਾਮੁਅਲੈਕਮ ਵੀਵਰਸ ਮੈਂ ਹਾਂ ਡਾਕਟਰ ਅਜਮਲ ਮਲਕ ਔਰ ਆਪ ਦੇਖ ਰਹੇ ਆਂ ਹਮਾਰਾ YouTube ਚੈਨਲ ਡਰਾਮੇ ਬਾਜ਼ੀਆਂ हम महफिल थिएटर के सेट पर हैं और यहाँ पर रिहर्सल हो रही है हमारी ड्रामा बड़ा लाजवाल ड्रामा आगाज़ किया जा रहा है इश्क नचावे गली गली ये ज़रा को गप शप लगाने के लिए इन एक्टरों के पास टाइम नहीं होता है इनको पकड़ता है ये इधर आए ना जी भाई जी ज़रा इधर तो आए ज़रा वालेकाम आप इनको जानते होंगे ये पाकिस्तान थिएटर का नामवर सुपर स्टार है अक्ल हैदर सामकम वाईक सलाम विया थोड़ा हाँ जी जी सर पक्की गल है ना पक्की गाल है बच्चे किने ਬੱਚੇ ਮੇਰੇ ਤਿੰਨ ਆਪਣੇ ਨੇ ਨਾ ਆਪਣੇ ਮੈਂ ਰੇਮ ਸਟੋਰ ਤੋਂ ਲੈ ਨਹੀਂ ਮੈਂ ਕਿਹਾ ਭਾਬੀ ਦੇ ਵੀ ਹੋ ਸਕਦੇ ਨੇ ਨਹੀਂ ਉਹਦੇ ਚ ਇਹਨੇ ਹੋਰ ਮੈਂ ਆਂਡਿਆਂ ਜੋ ਕੁੜਾ ਅੱਬਸੇ ਇਹੀ ਪਤਾ ਕਰਨਾ ਸੀ ਵੀ ਮਤਲਬ ਇਹ ਆਂਡਿਆਂ ਤੋਂ ਨਹੀਂ ਨਿਕੜਾਇਆ ਨਹੀਂ ਨਹੀਂ ਇਨਸਾਨ ਹੀ ਨੇ ਮੇਰੇ ਬੱਚੇ ਨੇ ਇਨਸਾਨ ਨੇ ਇਨਸਾਨ ਇਹ ਹਾਦਸਾ ਕਦੋਂ ਹੋ ਗਿਆ ਵੀ ਤੁਹਾਡੇ ਬੱਚੇ ਇਨਸਾਨ ਸਾਹਿਬ ਜੀ ਕਹਿੰਦਾ ਤੁਸੀਂ ਮੇਰੀ ਭਾਬੀ ਦੀ ਵਜ੍ਹਾ ਤੋਂ ਮੇਰੇ ਬੱਚਿਆਂ ਦੀ ਬਲਦੀ ਆ ਜੀ ਕੋ ਮਿਆਂ ਦਾ ਨਾ ਸੁਣ ਲਿਆ ਕਾਵਾਂ ਦਾ ਬਟੇਰਿਆਂ ਦਾ ਨਹੀਂ ਅਕਸਰ ਸਿਆਣੇ ਬੰਦਿਆਂ ਕੋਲੋਂ ਸੁਣਿਆ ਨੇ ਉਹ ਤੁਹਾਨੂੰ ਅਕਸਰ ਕਹਿ ਰਹੇ ਹੁੰਦੇ ਨੇ ਯਾਰ ਤੂੰ ਬੰਦਾ ਬਣ ਉਹ ਉਸਤਾਜੀ ਕੁਝ ਹਰਕਤਾਂ ਐਸੀਆਂ ਹੁੰਦੀਆਂ ਨੇ ਹਰਕਤਾਂ ਐਸੀਆਂ ਹੁੰਦੀਆਂ ਨੇ ਉਹ ਛੱਡ ਦਿੱਤੀਆਂ ਜਾਂ ਅਜੇ ਤੱਕ ਕਰ ਨਹੀਂ ਨਹੀਂ ਛੱਡ ਦਿੱਤੀਆਂ ਨੇ ਆ ਵੇਖ ਲਓ ਮਾਸ਼ਾਅੱਲਾ ਠੀਕ ਹੈ ਨਾ ਹੁਣ ਤੇ ਫੇਤ ਫੇਤ ਪਹਿਲੇ ਨਾਲੋਂ ਬਿਹਤਰ ਹੋ ਗਈ ਹੁਣ ਕੀ ਲੈ ਅਦਰ ਸਾਹਿਬ ਲਾ ਅਲਹਮਦੁਲਿਲਾ ਉਸਤਾਜੀ ਮਾਸ਼ਾਅੱਲਾ ਜਰੂਰ ਉਹ ਤੁਹਾਡੇ ਹੱਥਾਂ 'ਚ ਆਏ ਆ ਆ ਆ ਖੂਬਸੂਰਤ ਡਰਾਮੇ ਕੀਤੇ ਨੇ

ਤੁਹਾਡੇ ਲਈ ਹਰ ਟਾਈਮ ਹਰ ਚੀਜ਼ ਹਾਜ਼ਰ ਇਹ ਉਮਰ ਜਿਹੜੀ ਸੌਰੀ ਮੈਂ ਉਮਰ ਕਹਿ ਰਿਹਾ ਆ ਇਹ ਵਕਤ ਜਿਹੜਾ ਆਰਾਮਦਾ ਹੁੰਦਾ ਹੈ ਜੀ ਚਾਈਲਡ ਸਟਾਰ ਇਹ ਸਾਰੇ ਸਾਰਾ ਦਿਨ ਰਿਕਾਰਡਿੰਗ ਫਿਰ ਰਾਤ ਨੂੰ ਥੀਏਟਰ ਫਿਰ ਰਿਹਰਸਰ ਇਸ ਟਾਈਮ ਡਿੱਗਾ ਹੁੰਦਾ ਬੰਦਾ ਤੇ ਆਏ ਤੇ ਆਏ ਤੇ ਦੇਖੋ ਜੀ ਲੇਕਿਨ ਕੰਮ ਕੰਮ ਹੈ ਤੁਹਾਨੂੰ ਪਤਾ ਮੈਂ ਕੰਮ ਤੋਂ ਕਦੀ ਜੀ ਨਹੀਂ ਚੁਰਾਇਆ ਮੈਂ ਤਾਂ ਸਾਢੇ 9 9 ਘੰਟੇ ਦੀ ਰੈਸਲ ਵੀ ਕੀਤੀ ਹੈ ਅੱਛਾ ਜੀ ਕਾਨੇ ਵਕਤੋਂ ਦੀ ਬਾਤ ਕਰ ਰਹੇ ਹੋ ਨਹੀਂ ਜੀ ਇਹ ਐਸੇ ਵਕਤਾਂ ਦੀ ਗੱਲ ਕਰ ਰਹੇ ਹਾਂ ਚਲੋ ਅੱਲਾ ਫਿਰ ਦੁਬਾਰਾ ਤੁਹਾਡੇ ਨਹੀਂ ਸੀ ਲੇਕਿਨ ਉਹ ਮੇਰੇ ਤੇ ਬੁਰਾ ਵਕਤ ਸੀ ਚਲੋ ਅੱਲਾ ਤੁਹਾਡੇ ਤੇ ਦੁਬਾਰਾ ਉਹ ਵਕਤ ਨਾ ਲਿਆਵੇ ਔਰ ਅੱਲਾ ਵੈਰੀ ਦੁਸ਼ਮਣ ਤੇ ਲਿਆਵੇ ਅੱਛਾ ਤੇ ਦੱਸੋ ਆਪਣਾ ਇਹ ਤੇ ਖੈਰ ਸਾਰੀ ਦੁਨੀਆ ਨੂੰ ਪਤਾ ਹੈ ਸ਼ਾਦੀशुदा ਹੋ ਤੁਸੀਂ ਜੀ ਅਲਹਮਦੁਲਿਲਾ ਇੱਕ ਵਾਰੀ ਸ਼ਾਦੀशुदा ਹੋਇਆ ਕਈ ਵਾਰੀ ਸ਼ਾਦੀशुदा ਇੱਕ ਵਾਰੀ ਕਾਗਜ਼ੀ ਇੱਕ ਵਾਰੀ ਕਾਗਜ਼ੀ ਇੱਕ ਵਾਰੀ ਅੱਛਾ ਮਤਲਬ ਇਹ ਕਿ ਫਿਰ ਤੇ ਤੁਹਾਨੂੰ ਇਹ ਕਹਿ ਕਿ ਨਿਕਾਹशुदा ਇੱਕ ਵਾਰੀ ਤੇ ਸ਼ਾਦੀशुदा ਕਈ ਵਾਰੀ ਤੁਸੀਂ ਮੇਰੇ ਘਰ ਲੜਾਈ ਵਾਹੋਗੇ ਜਿਹੜੀ ਸਾਰੀ ਜ਼ਿੰਦਗੀ ਨਹੀਂ ਭਈ ਮੈਂ ਦੱਸਣਾ ਚਾਹਣਾ ਨਾ ਇਹ ਕਿੰਵੀ ਮਜ਼ਾ ਲੈ ਰਹੇ ਹੋ ਅੱਜ ਕੱਲ ਡਰਾਮਾ ਚੱਲ ਰਿਹਾ ਹੈ ਆਪਣਾ ਇਸ਼ਕ ਨਾ ਚਾਵੇ ਗਲੀ ਗਲੀ ਲਓ ਜੀ ਬਾਈ ਗਾਡ ਮੇਰੀ ਝੂਠ ਬੋਲਣ ਦੀ ਪਹਿਲੀ ਆਦਤ ਨਹੀਂ ਹੈਗੀ ਮੈਂ ਉਹ ਵਾਅਦਾ ਫਨਕਾਰਾਂ ਪੈਕ ਹੋਵੇ ਤੇ ਪੈਕ ਕਹਿਣਾ ਖਾਲੀ ਹੋਵੇ ਤੇ ਖਾਲੀ ਕਹਿਣਾ ਨਾਰਮਲ ਹੋਵੇ ਤੇ ਨਾਰਮਲ ਕਹਿਣਾ ਇਹ ਡਰਾਮਾ ਗੁੰਗੀ ਔਰਤ ਮੌਲਾ ਜੱਟ ਉਹਦੇ ਪਾਇ ਦਾ ਡਰਾਮਾ ਹੈ ਜਿਹੜਾ ਡਰਾਮੇ ਨੂੰ ਮਿਸ ਕਰੇਗਾ ਉਹ ਸਮਝੇ ਕਿ ਇੱਕ ਅੱਛੀ ਚੀਜ਼ ਨੂੰ ਨੇ ਮਿਸ ਕਰ ਲਿਆ ਵਾਹ ਬੜੀ ਮਿਹਨਤ ਹੋਈ ਹੈ ਔਰ ਇੱਕ ਵਾਰੀ ਫੇਰ ਤੁਸੀਂ ਮੇਰੇ ਤੇ ਏਤਮਾਦ ਕੀਤਾ ਔਰ ਬੜਾ ਅੱਛਾ ਰੋਲ ਹੈ ਔਰ ਉਹਨੂੰ ਮੈਂ ਫੇਰ ਚੈਲੰਜ ਸਮਝ ਕੇ ਕਰ ਰਹੇ ਹਾਂ ਇੱਕ ਹੈ ਚੈਲੰਜ ਤੁਹਾਡੇ ਇੱਕ ਉਹ ਫਨਕਾਰ ਜਿਹਨਾਂ ਨੂੰ ਸੱਚੀ ਮੁੱਚੀ ਅਸੀਂ ਦੂਰਬੀ ਨਾਲ ਦੇਖਿਆ ਟਿਕਟਾਂ ਭਰ ਕੇ ਦੇਖਿਆ ਤੇ ਉਹਨਾਂ ਦਾ ਰੋਲ ਮੈਂ ਨਾ ਲਵਾਗਾ ਆਗਾ ਤਾਲੇ ਸਾਹਿਬ ਕੀ ਬਾਤ ਹੈ ਕੀ ਬਾਤ ਦੇਖੋ ਉਹਨਾਂ ਦਾ ਨਾਂ ਹੀ ਐਡਾ ਪਾਵਰਫੁਲ ਸੀ ਤੇ ਉਹ ਰੋਲ ਮੇਰੇ ਨਸੀਬ ਚ ਨਿਕਲਿਆ ਔਰ ਤੁਹਾਡੀ ਮਿਹਰਬਾਨੀ ਔਰ ਮੈਂ ਅੱਲਾਹ ਦੀ ਮੈਂ ਤੁਸੀਂ ਡਿਜ਼ਰਵ ਕਰਦੇ ਹੋ ਖਾਨ ਸਾਹਿਬ ਔਰ ਮੈਂ ਬੜੀ ਉਹਨੂੰ ਸੱਚੀ ਮੁੱਚੀ ਸਿੱਧਕੇ ਦੇ ਲਾਂ ਬਿਲਕੁਲ ਠੀਕ ਹੈ ਅੱਜ ਸਾਰਾ ਦਿਨ ਵੀ ਮੈਂ ਘਰ ਵੀ ਅੱਜ ਅੱਲਾਹ ਨੂੰ ਕੋਈ ਰਿਕਾਰਡਿੰਗ ਨਹੀਂ ਸੀ ਕੋਈ ਕਿਤੇ ਜਾਣਾ ਨਹੀਂ ਸੀ ਤੇ ਮੈਂ ਘਰ ਮਿਹਨਤ ਕਰਦਾ ਰਿਹਾ ਔਰ ਤੇ ਕਿਉਂਕਿ ਉਹ ਫਿਕਰੇ ਇੱਕ ਇੱਕ ਸਟ੍ਰੈਸਸ ਪੌਜ਼ਸ ਹਰ ਚੀਜ਼ ਉਹਦਾ ਧਿਆਨ ਕਰਾਂਗਾ ਤੇ ਉਹ ਕਰ ਸਕਾਂਗਾ ਵਰਨਾ ਨਹੀਂ ਕਰ ਸਕਾਂ ਔਰ ਇਨਸ਼ਾ ਅੱਲਾਹ ਤਾਲਾ ਸੁਪਰ ਹਿੱਟ ਜਾਏਗਾ ਮੈਂ ਉਸ ਡਰਾਮੇ ਨੂੰ ਕਿਉਂਕਿ ਲਿਖਿਆ ਹੈ ਔਰ ਡਾਇਰੈਕਟ ਕਰ ਰਿਹਾ ਹਾਂ ਅਲਹਮਦੁਲਿਲਾ ਤੇ ਮੈਂ ਇਨਸ਼ਾ ਅੱਲਾਹ ਤਾਲਾ ਮਹਿਸੂਸ ਮੈਂ ਜ਼ਰੂਰ ਵੇਖਣਾ ਉਸ 17 ਨਵੰਬਰ ਤੋਂ ਮਹਿਫਲ ਥੀਏਟਰ ਇਸ਼ਕ ਨਚਾਵੇ ਗਲੀ ਗਲੀ ਜਿਵੇਂ ਸੀ ਮੌਲਾ ਜੱਟ ਨੂੰ ਡਰਾਮਾਟਿਕ ਕੀਤਾ ਸੀ ਇਸ ਡਰਾਮੇ ਨੂੰ ਵੀ ਇਸ ਕਹਾਣੀ ਨੂੰ ਵੀ ਅਸੀਂ ਡਰਾਮਾਟਿਕ ਕੀਤਾ ਜ਼ਰੂਰ ਦੇਖਣਾ ਹੋ ਤਾਨੂੰ ਇਹ ਵੀ ਡਰਾਮਾ ਮੌਲਾ ਜੱਟ ਗੁੰਗੀ ਔਰਤ ਔਰ ਬੇਤਾਸ਼ਾ ਡਰਾਮੇ ਦੀ ਤਰ੍ਹਾਂ ਇਹ ਵੀ ਯਾਦ ਰਹੇਗਾ ਇਨਸ਼ਾਅੱਲਾ ਥੈਂਕ ਯੂ ਵੈਰੀ ਮਚ ਪ੍ਰਵੇਸ਼ ਖਾਨ ਸਾਹਿਬ ਸਾਡੇ ਸੀਨੀਅਰ ਐਕਟਰ ਸਾਡੇ ਕੋਲ ਬੈਠੇ ਨੇ ਅਸੀਂ ਮਤਲਬ ਇਹ ਕਿ ਇਹਨਾਂ ਕੋਲੋਂ ਵੀ ਬਹੁਤ ਕੁਝ ਸਿੱਖਿਆ ਹੈ ਔਰ ਇਹਨਾਂ ਕੋਲੋਂ ਖਾਸ ਤੌਰ ਤੇ ਥੀਏਟਰ ਡਰਾਮਾ ਤੇ ਜਿਹੜੇ ਚੰਦ ਅੱਛੀਆਂ ਚੀਜ਼ਾਂ ਨੇ ਉਹ ਸਿੱਖੀਆਂ ਨੇ ਸ਼ੋਬਿਸ ਦੀ ਦੁਨੀਆ ਦੇ ਵਿੱਚ ਜ਼ਿੰਦਗੀ گزارਣ ਵਾਸਤੇ ਜਿਹੜਾ ਨਾ ਜੀ ਉਹ ਇਹਨਾਂ ਕੋਲੋਂ ਬਹੁਤ ਕੁਝ ਸਿੱਖਿਆ ਵੀ ਐਸ ਖਤਰਨਾਕ ਸ਼ੋਬੇ ਚ ਕਾਂਟੋ ਬਰੇ ਸ਼ੋਬੇ ਵਿੱਚ ਕਿਸ ਤਰ੍ਹਾਂ ਲਾਈਫ گزارਨੀ ਤੋਂ ਇਹਨਾਂ ਨੇ ਜਬ ਵੀ ਅੱਛਾ مشورہ ਦਿਆ ਉਹ ਮੇਰੀ ਲਾਈਫ ਮੇਂ ਬੜਾ ਅੱਛਾ ਸਾਬਤ ਹੋਇਆ ਖਾਨ ਸਾਹਿਬ ਕਿਵੇਂ ਜੀ ਸ਼ੁਕਰ ਅੱਲਾ ਦਾ ਦੂਸਰਾ ਬਾਜੀ ਇਸ਼ਕ ਨਚਾਵੇ ਗਲੀ ਗਲੀ ਸਾਡਾ ਇੱਕ ਸੁਪਰਸਟਾਰ ਇੱਕ ਐਕਟਰ ਸੁਪਰਸਟਾਰ ਹੁੰਦਾ ਹੈ ਸਾਡਾ ਡਰਾਮਾ ਸੁਪਰਸਟਾਰ ਇਹਦੇ ਬਾਰੇ ਕੀ ਕਹੋ ਮੈਂ ਤਾਂ ਜਦੋਂ ਤੁਸੀਂ ਨਾ ਰੱਖਿਆ ਨਾ ਮੈਂ ਵੇਖਿਆ ਦੁਦਾਨਾ ਦਾ ਗਾਣਾ ਚੱਲ ਰਿਹਾ ਹਾਂਜੀ ਤਾਂ ਮੈਂ ਦੁਖੀ ਹੋ ਗਿਆ ਆਏ ਹਾਏ ਕਿਉਂ ਕਿਉਂ ਦੁਖੀ ਹੋ ਗਿਆ ਕਿ ਮੇਰਾ ਦੋਸਤ ਅਯਾਜ਼ ਨਾਇਕ ਇਹ ਪਾਕਿਸਤਾਨ ਦੀ ਪਹਿਲੀ ਪੰਜਾਬੀ ਲਵ ਸਟੋਰੀ ਫਿਲਮ ਹੈ ਜਿਹੜੀ ਸੁਪਰਸਟਾਰ ਸੁਪਰ ਹਿੱਟ ਗਈ ਹੈ ਸੁਪਰ ਹਿੱਟ ਗਈ ਹੈ ਅਸਰਮਦਰ ਸਾਹਿਬ ਨੇ ਬਣਾਈ ਸੀ ਹਾਂਜੀ ਤੇ मेरी इन्नी हिट गई कि मैं जो भी गया आया अट्ठे हों फैसला एक, फैसल एक बाबर बबर सारे हाँगी। तो मैं बैठा हूँ सी तो खड़ोता लेकिन इस फिल्म ने इन्ना दिमाग खराब करता कि वो सैको ही हो गया ਉਨ ਪਿੰਡੀ ਜਨਮ ਮੈਂ ਉਹਨੂੰ ਨਹੀਂ ਮਿਲਦਾ ਅੱਛਾ ਮਿਲਕਾਤ ਨਹੀਂ ਹੁੰਦੀ ਨਹੀਂ ਹੁੰਦੀ ਹੈ ਲੇਕਿਨ ਆਊਟ ਕਰਤਾ ਐਸੀ ਆਊਟਸਟੈਂਡ ਇੱਕ ਫਿਲਮ ਗਈ ਹੈ ਇਸ ਕਿਨ ਚਾਵੇ ਗਲੀ ਗਲੀ ਇੱਕ ਗੱਲ ਜਿਹੜੀ ਨਾ ਲੀਜੈਂਡ ਲੋਗ ਜਾਂ ਸੁਣ ਰਹੇ ਨੇ ਇੰਡਸਟਰੀ ਵਾਲੇ ਉਹ ਸਮਝਦੇ ਨੇ ਕਿ ਇਹ ਪੰਜਾਬੀ ਚ ਪਹਿਲੀ ਲਵ ਸਟੋਰੀ ਫਿਲਮ ਜਿਹੜੀ ਨੇ ਸੁਪਰ ਮੋਲਜਟ ਦਿੱਤਾ ਰੋਲ ਵੀ ਉਹਨਾਂ ਨੇ ਆਯਾਜ਼ ਨਾਇਕ ਸਾਹਿਬ ਨੇ ਬਹੁਤ ਆਊਟ ਕਲਾਸ ਕੀਤਾ ਇਹ ਹੋ ਸਕਦਾ ਹੈ ਕਿ ਉਸ ਤੋਂ ਬਾਅਦ ਉਹਨਾਂ ਨੂੰ ਉਂਝ ਦਾ ਕੋਈ ਸਬਜੈਕਟ ਨਾ ਮਿਲਿਆ ਹੋਵੇ ਉਂਝ ਦੀ ਫਿਲਮ ਨਾ ਮਿਲੀ ਹੋਵੇ ਜਿਵੇਂ ਸੀਓ ਜੀ ਆਯਾਜ਼ ਨਾਇਕ ਸਾਹਿਬ ਫੈਸਲੇ ਦੀ ਇਹ ਜ਼ਮਾਨਾ ਹੋ ਰਹੀ ਹੈ ਲੇਕਿਨ ਉਸ ਤੋਂ ਬਾਅ ਇੰਨਾ ਪਿਆਰ ਕੀਤਾ ਕਿ ਉਹ ਭੁੱਲ ਗਏ ਸਭ ਕੋਈ ਯਾਰ ਦੋਸਤਾਂ ਵੀ ਸਭ ਭੁੱਲ ਗਏ ਲੇਕਿਨ ਫਿਰ ਅੱਜ ਵੀ ਮੈਨੂੰ ਨਹੀਂ ਭੁੱਲੇ ਲੇਕਿਨ ਉਸ ਕੋ ਦੇਖ ਕੇ ਮੈਂ ਪਰੇਸ਼ਾਨ ਹੋ ਜਾਂਦਾ ਹੁਣ ਵੀ ਗਾਣਾ ਹੋ ਰਿਹਾ ਨਾ ਨੱਚ ਰਹੀ ਹੈ ਮੈਂ ਉਹਦੇ ਹੁਣ ਨਾ ਸਕਦਾ ਡਾਰ ਸਾਹਿਬ ਜਿਹੜੇ ਨਾ ਦੋਜ਼ਾਨਾ ਦੇ ਖਾਵਨ ਸਨ ਤੇ ਉਹਨਾਂ ਨੇ ਰਿਕਮੈਂਡ ਕੀਤਾ ਲੈਜੈਂਡ ਡਾਇਰੈਕਟਰ ਸਾਡੇ ਲੈਜੈਂਡ ਡਾਇਰੈਕਟਰ ਸਰ ਮੈਂ ਕਹਿੰਦਾ ਐਸੀ ਫਿਲਮ ਇੱਕ ਬਹੁਤ ਘੱਟ ਲੋਕਾਂ ਨੂੰ ਪਤਾ ਹੈ 30 ਪੈਨ ਸਾਲ ਪੁਰਾਣੀ ਫਿਲਮ ਹੈ ਸੁਪਰ ਹਿੱਟ ਹੋਈ ਅੱਲਾ ਕਰੇ ਇਹ ਤੁਹਾਡਾ ਡਰਾਮਾ ਵੀ ਇਸੇ ਸੁਪਰ ਹਿੱਟ ਹੋਵੇ ਆਮੀਨ ਆਮੀਨ ਅਸੇ ਦੁਆਈ ਦੇਣੇ ਲੇਕਿਨ ਯਾਸ ਨਾ ਇੱਕ अयाद नाइक साहब परवेज खान साहब को आपसे गिला है अयाद नाइक भाई के आप वैसे नहीं रहे आप आपकी मोहब्बत है देखिए एक कौन वजन ये तो खोते से हाथी जिन्हें वजन पा दे तो उन तो नहीं चुक सर तो इन्नी रहमत होगी गई थी इन्हें हिट हो गया कोई पंजाबी ओनू ही लैने इन्हू ही लैना है मगर वो आउट हो गए थे दिमागी तौर ਅੱਲਾ ਖੈਰ ਅੱਲਾ ਅੱਲਾ ਜ਼ਿੰਦਗੀ ਦੇ ਅੱਲਾ ਤੰਦਰੁਸਤੀ ਦੇ ਆਮੀਨ ਮਾਨਾ ਸਾਹਿਬ ਕਹਿੰਦੇ ਇੱਜ਼ਤ ਪਛਾਣਨਾ ਕੰਮ ਹੈ ਬੇਸ਼ੱਕ ਬੇਸ਼ੱਕ دولت ਪਛਾਣਨਾ ਕੰਮ ਹੈ ਰੂਜ ਪੋਸ਼ਣਾ ਕੰਮ ਹੈ ठीक है लेकिन मैंने खुशी भी बड़ी थी कि इको फिल्म उन्हें कितनी थी पंजाबी सुपरहिट थे वो सुपरहिट करार हो उससे तो पहले बड़ी फिल्म की थी उर्दू में काफी काम किया लेकिन ये सुपरहिट फिल्म अल्लाह करे डॉक्टर साहब मेरी दुआ है चोरी चौके ये तो ड्रामा भी सुपरहिट रहे तुसी नेक नियत आदमी है और एक कभी फिक्र ना करो नेक नीयत कभी नहीं मरदा बेशक 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 नेक नीयत कभी नहीं और जेड़ा गरूर जदे नहीं वो भी कभी नहीं मरदा नहीं मरदा थैंक यू वेरी मच खान साहब और मेरे साथ ही बैठे हैं हमारे पाकिस्तान थिएटर फिल्म और टेलीविज़न के लेजेंड अदाकार अरशद भाटिया साहब और अरशद भाटिया साहब इश्क नचावे गली गली में एक बड़ा रोल कर रहे हैं अफजाल अहमद साहब ने वो रोल किया था और आप थिएटर पर जो है उस रोल को अरशद भाटिया साहब करें अलैक् जी वालेकुम सलाम वालेकाम अभी आपने जो कहा बड़ी खुश नसीबी है मेरी कि मैं वो रोल कर रहा हूँ और आप माशाल्लाह बड़ी मेहनत कर रहे हैं और ड्रामे का नाम जैसे इश्क नचावे गली गली है तो ये ड्रामा भी इन गली गली में हिट होगा जीते रहें आप और बहुत ही अच्छा ड्रामा होगा और शायक से ये दरख्वास्त है कि ये ड्रामा मिस ना कीजिएगा ज़रूर देखने आइएगा तो ब्यूटीफुल ड्रामा और बड़ी मेहनत से हो रहा है सारी रात समझे होती है और ज़बरदस्त ड्रामा हो रहा है थैंक यू वेरी मच भाटिया साहब मेरी दुआएं आपके साथ हैं और आप उस रोल को इतना खूबसूरत करेंगे कि ड्रामे को चार चांद लगा देंगे